ਫਾਦਰ ਸਾਹਿਬ ਆ ਚੁੱਕੇ ਨੇ, ਮੀਂਹ ਜੀ ਆਏ ਜੋ ਮੀਂਹ ਪੈਣ ਦੇ ਰਾਜ ਮੇਲਾ ਵੇਖ ਆਏ ਪਰ ਉੱਥੋਂ ਦਾ ਮੇਲਾ ਅੱਜ ਮੇਲਾ ਕਿ ਆਹੋ ਮੈਂ ਆਪ ਤੁਸੀਂ ਵੇਖਣ ਜਾਣਾ ਲੈ ਤੇ ਸਾਡੇ ਵਾਸਤੇ ਕਿੰਨੇ ਲੈ ਕੇ ਆਉਣੇ ਆ। ਮੈਂ ਰਾਤ ਨੂੰ ਕਹਿੰਦਾ ਮੈਂ ਵੀ ਮੇਲਾ ਵੇਖਣ ਹੋਰ ਬਾਬਾ ਫਿਰ ਆਉਣ ਲੱਗੀ ਭੈਣ ਤੁਹਾਨੂੰ ਆ ਕੀ ਆ ਚੋਕਲੇਟਾਂ ਇੱਕ ਫੜ ਸਾਰੀਆਂ ਇਹੋ ਹੀ ਆ ਦੋ ਚਾਰ ਕੁ ਵਜੇ ਆਉਣਾ ਉਹਨੇ ਚਾਰ ਵਜੇ ਆਉਣਾ ਬਾਬਾ ਆਉਣਾ ਚਲੋ ਕੋਈ ਨੀ ਬਸ ਹਾਂਜੀ ਗਾਇਸ ਤੇ ਅੱਜ ਆਉਂਦੀਆਂ ਫੁੱਲ ਸਫਾਈਆਂ ਹੁੰਦੀਆਂ ਹਿੱਥ ਭੈਣ ਨੂੰ ਆਉਂਦੇ ਆ ਮੈਨੂੰ ਤੇ ਭਾਜੀ ਮੈਂ ਕਾਕਾ ਤੁਹਾਨੂੰ ਪਤਾ ਹੀ ਫਿਰ ਹਾਂਜੀ ਫਿਰ ਸ਼ੈਂਪੂ ਹਾਂਜੀ ਗਾਈ ਤਾਂ ਆਪਾਂ ਹੋ ਗਏ ਤਿਆਰ ਸਾਦਾ ਪਾਣੀ ਆ ਚੁੱਕਾ ਹੈ ਮੰਮੀ ਗਾਡੀ ਵੇ ਸਤਿ ਸ਼੍ਰੀ ਅਕਾਲ ਜੀ ਤੇਰੀ ਧੀ ਆਉਂਦੀ ਤੁਹਾਨੂੰ ਅੱਜ ਤਾਂ ਫੋਨ ਫੁੱਲੀਆਂ ਦੇ ਸਮਾਨ ਅੱਜ ਖੁਸ਼ੀ ਬੜੀ ਆ ਚਲੋ ਕੋਈ ਨੀ ਪਾਪਾ ਕੀ ਹਾਲ ਹੈ ਫਿਰ ਚਲੋ ਫਿਰ ਵਧੀਆ ਚਾਹੀਦਾ ਕੋਟਲੀ ਚੱਲ ਜਾ ਤੂੰ ਮਾਤਾ ਵੇ ਬੈਠੀ ਵੇ ਕਿੰਨਾ ਚਾਹ ਦੀ ਗੱਲ ਆਉਂਦੇ ਆਉਂਦੇ ਆ ਜਾ ਆ ਗਏ ਭੈਣ ਹੁਣੀ ਕੋਟਲੀ ਚਾਚੇ ਨੇ ਨਿਗਾਹ ਇੱਧਰ ਚੱਕ ਆਏ ਨੀ ਮਨ ਬਰੀਦ ਤਿਆਰ ਹੋ ਗਈ ਪੂਰੀ ਦੋ ਮਿੰਟ ਹੋ ਗਈ ਮਾਮਾ ਮਲਣੀ ਹੋ ਗਈ ਤਿਆਰ ਆਏ 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 ਹਾਂਜੀ ਆਏ ਨੀ ਹਲੇ ਮੇਰੇ ਸਾਨੂੰ ਨਹੀਂ ਆਉਣਾ ਹੁਣ ਹਲੇ ਤੱਕ ਤਾਂ ਕੋਈ ਨੀ ਆਇਆ ਉੱਥੋਂ ਕਿਤੇ ਨਹੀਂ
ਨਹੀਂ ਦੇ ਲੈ ਚੈੱਕ ਕਰੋ ਉੱਧਰ ਆ ਗਈ ਲੈ ਇੱਥੇ 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 ਲਾਇਓ ਚੁੱਕ ਪਿੱਛੇ ਨੂੰ ਕਰ ਲੈਣੀ ਹੈ ਜੱਤੀ ਸੱਤੀ ਹੱਲੀ ਆ ਨੀ ਦੇ ਜਾ ਅੱਗੇ ਐਂਗ ਗਿਆ ਹਾਂਜੀ ਹਾਂਜੀ ਚਲੋ ਚਲੋ ਮੰਨੋ ਰੱਖੜੀ ਹੈ ਅਵਨੀਤ ਕਿੱਥੋਂ ਗਿਆ ਨਾਨੂ ਕੋਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਯੂਟਿਊਬ ਚੈਨਲ ਜਿਹਦਾ ਨਾਂ ਹੈ ਗੋਪੀ ਕਾਪੜ ਖੇੜੀ ਅਤੇ ਹੁਣ ਆਪਾਂ ਚੱਲੇ ਹਾਂ ਛਿਆਟੇ ਸ਼ਾਮ ਦੇ ਵੱਜ ਗਿਆ 3 ਸ਼ਾਮ ਦੇ ਵੱਜ ਗਿਆ 6 ਹੁਣ ਆਪਾਂ ਛਿਆਟੇ ਚੱਲੇ ਹਾਂ ਸ਼ੋਪਿੰਗ ਕਰਨ ਦੀਦੀ ਹੁਣੀ ਆ ਗਏ ਸੀਗੇ ਅਤੇ ਇੱਧਰ ਗੋਪੀ ਚੱਲੀਏ ਫਿਰ ਹੁਣ ਆਪਾਂ ਗੋਪੀ ਕੱਢਣ ਗਏ ਹੋਏ ਆ ਗੱਡੀ ਗੱਡੀ ਕੱਢ ਲਿਆ ਫਿਰ ਚੱਲੀਏ ਆ ਜਾਓ ਆਪਾਂ ਚੱਲੇ ਸਹੀ ਆ ਗਈ ਗੋਪੀ ਐਡੀ ਦੂਰੋਂ ਹੀ ਪਤਾ ਲੱਗਦਾ ਗਾਣੇ ਲੈ ਵਿੱਚ ਹੁਣ ਆਪਾਂ ਮੈਂ ਕਿਹਾ ਮਾਰ ਗੋਪੂ ਵੀ ਆ ਗਏ ਇੱਧਰ ਚਲੋ ਆ ਵੇਖੋ ਆ ਬੇਟਾ ਮੰਮਾ ਮੰਮਾ ਲਓ ਪਾਉਣਾ ਕੀ ਮੰਮਾ ਕੀ ਹਾਂ ਹਾਂ ਆ ਗਈ ਸੁਣਾ ਪਰ ਇਹਨੂੰ ਮਨ ਮਨ ਸਮਝੇ ਅਵੇ ਹਾਂਜੀ ਉਹਨੇ ਵੀ ਚਾਹੀਦੀ ਨਹੀਂ ਦੇਖੀ ਨਹੀਂ ਛੋਟਾ ਬਹੁਤ ਵੱਡਾ ਤਾਂ ਨਹੀਂ ਜ਼ਿਆਦਾ ਵੇਖੋ ਕਿੱਡਾ ਪਿਆਰਾ ਹੈ ਇੱਕਾ ਪੀਸ ਵੇਖੀ ਹਾਂ ਜ਼ਿਆਦਾ ਹੀ ਛੋਟਾ ਹੈ ਆ ਵੇਖ ਮਨ ਪਿੰਡ ਸਾਡੇ ਵੀ ਨਾਲ ਆਵੇ ਨਹੀਂ ਮੈਰਿਜ ਵਗੈਰਾ ਦਾ ਤਰ੍ਹਾਂ ਦਾ ਕੁਝ ਬੋਲ ਹਾਂ ਹੁਣ ਨਾ ਸੋਹਣੀ ਜੀ ਕੋਈ ਜੀ ਨਹੀਂ ਇਸ ਦੀ ਇਹ ਵੱਡੇ ਤੇ ਸਾਈਜ਼ ਮਿਲ ਗਿਆ ਨੇ ਛੋਟੇ ਵਿੱਚ ਸਾਰੇ ਚਾਹੀਦੇ ਹੂੰ
ਕਾਂਜੀ ਗਾਈਸ ਦੇ ਇਹਨਾਂ ਨੂੰ ਕੱਖ ਨਹੀਂ ਆਉਂਦਾ ਪਸੰਦ, ਕਦੀ ਇੱਧਰ ਕਦੀ ਉੱਧਰ ਦੇ ਸਿਸਟਮ ਸੰਬੰਧੀ ਹੁਣ ਇਹਦੇ ਵਾਸਤੇ ਰੱਖਣ ਲੱਗੇ ਕਿ ਵੱਡੀ ਵਾਸਤੇ ਛੋਟੀ ਵਾਸਤੇ ਕੋਈ ਹਾਲੇ ਪਸੰਦ ਨਹੀਂ ਆਉਂਦਾ ਜੀ। ਹਲੋ ਕੋਈ ਨਹੀਂ ਹਾਂਜੀ ਜੀ, ਹੁਣ ਆਪਾਂ ਆ ਚੁੱਕੇ ਹਾਂ ਵਾਪਸ, ਆਪਾਂ ਚੱਲੇ ਹਾਂ ਘਰ। ਹਾਂਜੀ, ਅਤੇ ਆਪਾਂ ਵਿਸ਼ਾਲ ਮੈਂ ਤਾਂ ਮੰਗ ਆਏ ਸੀਗੇ, ਸਾਨੂੰ ਬਹੁਤ ਹੀ ਪਸੰਦ ਆਇਆ। ਹੁਣ ਆਪਾਂ ਫਿਰ ਦੁਬਾਰਾ ਚੱਲੇ ਹਾਂ ਛਿਆਡੇ, ਉੱਥੋਂ ਵੇਖ ਲੈਂਦੇ ਹਾਂ ਕੁਛ, ਹੈ ਨਾ। ਇੱਥੇ ਹੈ ਨਹੀਂ ਸੀ ਹਲੇ ਨਵੀਂ ਕੱਪੜੇ ਵਗੈਰਾ, ਜੇ ਆਏ ਨਹੀਂ ਸੀਗੇ ਡੇਲੀ ਵੇਅਰ ਵਾਸਤੇ। ਚੱਲੇ ਉਦਾਂ ਜਾਣਾ ਸੀ ਕੱਲ ਤੇ ਕਾਕਾ, ਤੇ ਉਹ ਹੁਣ ਵਿਚਾਰੀ ਬਹੁਤ ਜ਼ਿਆਦਾ ਨਹੀਂ ਹੈਗੀ, ਠੀਕ ਨਹੀਂ ਹੈਗੀ, ਹੁੰਦੀ ਆ ਅਵਨੀਤ। ਅਵਨੀਤ ਹਾਂਜੀ ਹਾਂਜੀ, ਹਾਂਜੀ। ਅਤੇ ਹੁਣ ਆਪਾਂ ਵਾਪਸ ਆ ਗਏ ਸੀਗੇ, ਵਾਪਸ ਅਸੀਂ ਤਾਂ ਆ ਗਏ ਸੀ ਕਿਉਂਕਿ ਹੈ ਨਾ ਦੀਦੀ ਦੀ ਗੁੜੀਆ ਬਹੁਤ ਰੋਣ ਲੱਗ ਗਈ ਸੀ, ਬਹੁਤ ਹੀ ਜ਼ਿਆਦਾ, ਅਤੇ ਤਦ ਕਰਕੇ ਵੀ ਸਾਨੂੰ ਵਾਪਸ ਆਉਣਾ ਪਿਆ। ਅਤੇ ਅਸੀਂ ਸ਼ੋਪਿੰਗ ਵੀ ਕੋਈ ਕੀਤੀ ਨਹੀਂ, ਜਿਹੜੀ ਕੀਤੀ ਸੀ ਹੈ ਨਾ ਕਾਕੇ ਦਾ ਇੱਕ ਸੂਟ ਲਿਆ ਸੀਗਾ, ਅਤੇ ਭਾਜੀ ਵਾਸਤੇ ਹੈ ਨਾ ਟੀ ਸ਼ਰਟ ਲਿੱਤੀ ਸੀ, ਅਤੇ ਉਹਦਾ ਵਲੋਗ ਜਿਹੜਾ ਨਾ ਸਾਡੇ ਤੋਂ ਜਲਦੀ ਜਲਦੀ 'ਚ ਨਹੀਂ ਬਣਾਇਆ ਗਿਆ ਕਿਉਂਕਿ ਅਸੀਂ ਆਏ ਬਹੁਤ ਮਾੜੇ ਹਾਲਾਤ ਦੇ ਵਿੱਚ ਆ, ਅਤੇ ਆਪਾਂ ਬਹੁਤ ਜਲਦੀ ਜਲਦੀ 'ਚ ਮਤਲਬ ਆਏ ਹਾਂ ਹੈ ਨਾ, ਕਿਉਂਕਿ ਕੁੜੀ ਰੋਂਦੀ ਪਈ ਸੀ, ਅਤੇ ਉੱਪਰੋਂ ਸਾਨੂੰ ਇੱਡੀ ਮਾੜੀ ਕਿਸਮਤ ਕਿ ਅੱਗੋਂ ਫਾਟਕ ਬੰਦ ਸੀਗਾ ਹੈ ਨਾ, ਉੱਥੇ ਸਾਨੂੰ ਘੰਟੋ ਘੰਟੇ ਤੋਂ ਅੱਧਾ ਘੰਟਾ ਲੱਗ ਗਿਆ। ਫਿਰ ਦੀਦੀ ਕਹਿੰਦੇ ਚਲੋ ਆਪਾਂ ਤੁਰ ਕੇ ਚੱਲਦੇ ਹਾਂ, ਅਤੇ ਉਦੋਂ ਬਾਅਦ ਜਦੋਂ ਹਲੇ ਗੱਡੀ 'ਚੋਂ ਅਸੀਂ ਉਤਰੀ ਹਾਂ ਜਦੋਂ ਫਾਟਕ ਖੁੱਲ੍ਹ ਗਿਆ ਸੀਗਾ, ਅਤੇ ਮੁੜ ਕੇ ਆਉਣੀ ਫਿਰ ਅਸੀਂ ਕਿੰਨਾ ਅੱਗੇ ਤੱਕ ਤੁਰ ਕੇ ਆ ਗਏ, ਫਿਰ ਅਸੀਂ ਗੱਡੀ 'ਚ ਬੈਠੇ ਹੈ ਨਾ। ਗੋਪੂ ਨੇ ਇੱਕ ਤਾਂ ਰਾਤ ਦਾ ਟਾਈਮ ਸੀ, ਹੁਣ ਉਹਨਾਂ ਨੂੰ ਵੀ ਇੰਨੀ ਹਲੇ ਪ੍ਰੋਪਰ ਤਰੀਕੇ ਨਾਲ ਵੀ ਜਿੱਦਾਂ ਆਪਾਂ ਜੇ ਕਹਿ ਦਈਏ ਨਾ ਵੀ ਜਲਦਬਾਜ਼ੀ ਦੇ ਵਿੱਚ ਗੱਡੀ ਚਲਾਉਣੀ, ਉੱਦਾਂ ਨਹੀਂ ਸੀ ਹਜੇ ਆਉਂਦੀ ਵੀ ਜਿੱਦਾਂ ਆਰਾਮ ਨਾਲ ਆਪਾਂ ਕਿਤੇ ਵੀ ਆ ਜਾ ਸਕਦੇ ਹਾਂ ਨਾ, ਉੱਦਾਂ ਆਉਂਦੀ ਸੀ। ਅਤੇ ਉਹ ਵੀ ਗੱਡੀ ਇੰਨੀ ਤੇਜ਼ ਭਜਾ ਕੇ ਲੈ ਕੇ ਆਏ ਵੀ ਅੱਜ ਮੈਂ ਆਉਂਦੀ ਹਾਂ ਵੀ ਬਸ ਸਿਰ 'ਤੇ ਰੱਬ ਦਾ ਹੱਥ ਸੀਗਾ, ਅਤੇ ਬਚਾਅ ਜਿਹੜਾ ਹੈ ਨਾ ਉਹ ਸਾਡਾ ਹੋ ਗਿਆ, ਨਹੀਂ ਤਾਂ ਹੈ ਨਹੀਂ ਸੀਗੀ ਕੋਈ ਉਮੀਦ। ਜਿਸ ਹਿਸਾਬ ਦੇ ਨਾਲ ਅਸੀਂ ਆਏ ਹਾਂ ਬਹੁਤ ਹੀ ਚਲਾ ਕੇ ਲੈ ਕੇ ਆਏ ਗੁੱਪੂ ਗੱਡੀ, ਅਤੇ ਪਲਟ ਜਾਣੀ ਸੀ ਸਾਡੀ ਗੱਡੀ, ਬਹੁਤ ਹੀ ਵੱਡਾ ਬਚਾਅ ਹੋ ਗਿਆ ਆ। ਅਤੇ ਚਲੋ ਸ਼ੁਕਰ ਆ ਵਾਹਿਗੁਰੂ ਦਾ ਹੈ ਨਾ, ਕਿਤੇ ਨਾ ਕਿਤੇ ਰੱਬ ਨੂੰ ਮੰਨਦੇ ਹਾਂ ਅਤੇ ਹੈ ਨਾ ਰੱਬ ਸਹਾਈ ਹੋ ਹੀ ਜਾਂਦਾ ਵਾ। ਅਤੇ ਬਾਕੀ ਹੁਣ ਰੱਖੜੀ ਦੀਦੀ ਹੁਣੇ ਬੰਨ ਗਏ ਸੀ, ਉਹਦਾ ਵਲੋਗ ਆ ਜਿਹੜਾ ਸੀ ਉਹ ਨਹੀਂ ਬਣਾਇਆ ਸੀਗਾ ਹੈ ਨਾ, ਕਿਉਂਕਿ ਦੀਦੀ ਬਹੁਤ ਜ਼ਿਆਦਾ ਰੋਂਦੇ ਸੀ, ਅਤੇ ਗੁੜੀਆ ਬਿਮਾਰ ਹੋ ਗਈ ਸੀਗੀ, ਮਤਲਬ ਕਿ ਠੀਕ ਨਹੀਂ ਸੀ ਹੈ ਨਾ, ਅਤੇ ਹਟਕੋਰੇ ਲੈ ਰਹੀ ਸੀ, ਸਰੀਰ ਉਹਦਾ ਕੰਬੀ ਜਾਂਦਾ ਸੀਗਾ, ਅਤੇ ਕਿਉਂਕਿ ਉਹ ਹਜੇ ਬਹੁਤ ਛੋਟੀ 8 ਮਹੀਨੇ ਦੀ, ਅਤੇ ਦੀਦੀ ਉਹਨੂੰ ਨਾਲ ਨਹੀਂ ਲੈ ਗਏ, ਕਹਿੰਦੇ ਕਿ ਆ ਸਾਂਭੀ ਨਹੀਂ ਜਾਣੀ ਵੀ ਕੋਈ ਨਹੀਂ ਘਰ ਛੱਡ ਜਾਂਦੇ ਹਾਂ। ਅਤੇ ਹੁਣ ਉਹ ਚਲੇ ਗਿਆ ਘਰ ਵਾਪਸ। ਅਤੇ ਬਾਕੀ ਜੇ ਤੁਹਾਨੂੰ ਅੱਜ ਦਾ ਸਾਡਾ ਵਲੋਗ ਵਧੀਆ ਲੱਗਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ।
ਹੋ।